ਸਤਿ ਸ਼੍ਰੀ ਅਕਾਲ। ਹੈਲੋ ਜੀ, ਅਸੀਂ ਇਸ ਵਕਤ ਮੋਹਾਲੀ ਹਾਂ, ਮੈਂ ਅਤੇ ਜੀਵਰੀਤ, ਕਿਉਂਕਿ ਅੱਜ ਸਾਡੇ ਬਹੁਤ ਹੀ ਅਜੀਜ਼ ਦੋਸਤ ਪੰਮਾ ਚੰਡੀਗੜ੍ਹ ਜੀ ਦਾ ਬਰਥਡੇ ਆ। ਹੈਪੀ ਬਰਥਡੇ ਟੂ ਯੂ। ਓਕੇ ਜੀ, ਬਾਕੀ ਸਾਨੂੰ ਤਾਂ ਕੰਮ ਆ ਚੰਡੀਗੜ੍ਹ, ਅਸੀਂ ਤਾਂ ਆਏ ਹਾਂ, ਅਸੀਂ ਇੰਨੇ ਡੈਸ਼ਿੰਗ ਨਹੀਂ ਹੈਗੇ ਵੀ ਅਸੀਂ ਚੰਡੀਗੜ੍ਹ ਬਰਥਡੇ ਮਨਾਉਣ ਆਉਂਦੇ ਹਾਂ। ਓਕੇ, ਸਨਮਾਨਿਤ ਕੀਤਾ ਜਾ ਰਿਹਾ ਜੀ, ਮਿਸ ਪੰਮੀ ਆਫ ਦਾ ਈਅਰ। ਅਤੇ ਜਿਵੇਂ ਮੈਂ ਦੱਸਿਆ, ਮੇਰੇ ਬਹੁਤ ਹੀ ਅਜੀਜ਼ ਦੋਸਤ ਦਾ ਬਰਥਡੇ ਸੀਗਾ, ਤਾਂ ਮੈਂ ਸੋਚਿਆ ਕੋਈ ਨਹੀਂ ਉਹਨੂੰ ਵੀਡੀਓ ਦਾ ਗਿਫਟ ਕਰਦੇ ਹਾਂ, ਉਹਨੂੰ ਵਲੌਗ ਬਣਾ ਕੇ ਦੇਵਾਂਗੇ, ਹੈ ਨਾ। ਅਤੇ ਸਭ ਕੁਝ ਸਹੀ ਚੱਲ ਰਿਹਾ ਸੀਗਾ, ਕੁਲਚੇ ਖਾਣ ਵਾਲਿਆਂ ਨੂੰ KFC ਦੇ ਕ੍ਰਿਸਪੀ ਬਰਗਰ ਮਿਲ ਰਹੇ ਸੀ ਖਾਣ ਨੂੰ, ਅਤੇ ਮੁੰਡੇ ਨੂੰ ਗੱਡੀ ਦੇ ਕੇ ਤੋਰਿਆ ਹੋਇਆ ਸੀ ਘਰੋਂ, ਕੋਈ ਨਹੀਂ ਜਾ ਵੀ ਤੇਰਾ ਬਰਥਡੇ ਆ, ਲੈ ਜਾ ਗੱਡੀ, ਕੋਈ ਨਾ ਐਸ਼ ਕਰ। ਪਰ ਗੜਬੜ ਉੱਥੇ ਹੁੰਦੀ ਹੈ ਜਦੋਂ ਸਾਨੂੰ ਬਰਗਰਾਂ ਦਾ ਆਹ ਮੁੱਲ ਦੇਣਾ ਪੈਂਦਾ। ਅਤੇ ਆਹ ਤਾਂ ਮੈਂ ਤੁਹਾਨੂੰ ਇੱਕ ਕਲਿੱਪ ਦਿਖਾਈ ਹੈ ਸਰ, ਸਾਨੂੰ ਇੰਨਾ ਕੁ ਧੱਕਾ ਲਾਉਣਾ ਪਿਆ ਵੀ ਆ ਕੇ ਸਾਰੇ ਮੁੰਡਿਆਂ ਨੂੰ ਮਸਾਜਾਂ ਕਰਾ ਕਰਾ ਸੌਣਾ ਪਿਆ। ਪਰ ਕੋਈ ਨਹੀਂ, ਹੁਣ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਮੁੰਡਿਆਂ ਨਾਲ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਦੂਜੇ ਦਿਨ ਅਸੀਂ ਉਹੀ ਐਨਰਜੀ ਆਪਦੇ 'ਚ ਫਿਰ ਰੱਖੀ ਵੀ ਕੋਈ ਨਹੀਂ, ਅੱਜ ਵੀ ਅਸੀਂ ਬਰਥਡੇ ਵਾਲੀ ਬਾਈ ਵੀ ਠੰਡੀ ਨਹੀਂ ਪੈਣ ਦੇਣੀ। ਦੁਬਾਰਾ ਅਸੀਂ ਖਾ ਪੀ ਕੇ ਜਦੋਂ ਪਿੰਡ ਨੂੰ ਤੁਰੇ ਤਾਂ ਸਾਡੇ ਨਾਲ ਆਹ ਭਾਣਾ ਵਾਪਰਿਆ। ਠੀਕ ਹੈ, ਹੁਣ ਤਾਂ ਲੋਡ ਚੱਕਣ ਵਾਲਾ ਕੰਮ ਹੋ ਗਿਆ। ਜਦੋਂ ਤੁਸੀਂ ਆਹ ਵੀਡੀਓ ਦੇਖ ਰਹੇ ਹੋ, ਆਲਰੇਡੀ ਮੇਰੇ ਜੀ ਦੋਸਤ ਦੇ ਬਰਥਡੇ ਨੂੰ ਕਾਫੀ ਟਾਈਮ ਲੰਘ ਚੁੱਕਿਆ, ਪਰ ਜਦੋਂ ਕਿਸੇ ਬਰਥਡੇ ਨਾਲ ਇੰਨੀਆਂ ਮੈਮਰੀ ਜੁੜੀਆਂ ਹੋਣ ਤਾਂ ਯਾਦ ਤਾਂ ਕਰਨਾ ਹੀ ਪੈਂਦਾ। ਯਾਦਗਾਰ ਮਿਲ ਗਈ, ਮੈਮਰੀ ਬਣੀ ਬਹੁਤ ਸੋਹਣੀ।